ਇੰਡੀਆ ਚ ਇੱਕ ਜ਼ਿਲ੍ਹਾ ਹੈ, ਮੈਂ ਅਜੇ ਖੁਤਬਾ ਹੀ ਨਹੀਂ ਪੜਿਆ, ਫਤਿਹਪੁਰ ਸੀਕਰੀ, ਕੀ ਉਹ ਜ਼ਿਲ੍ਹੇ ਦਾ ਨਾਂ ਹੈ? ਮੈਂ ਗਿਆ ਇੰਡੀਆ ਔਰ ਉਸ ਜ਼ਿਲ੍ਹੇ ਸਲੀਮ ਚਿਸ਼ਤੀ ਦਾ ਮਜ਼ਾਰ ਹੈ ਜਿਹੜਾ ਜਹਾਂਗੀਰ ਬਾਦਸ਼ਾਹ ਦਾ ਪੀਰ ਹੈ, ਔਰ ਫੈਸਲਾਬਾਦ ਤੋਂ ਡਬਲ ਸ਼ਹਿਰ ਹੈ, ਬਹੁਤ ਵੱਡਾ ਸ਼ਹਿਰ ਹੈ। ਉੱਥੇ ਇੱਕ ਦਰਵੇਸ਼ ਹੈ, ਆਪ ਵੀ ਰਹਿੰਦਾ ਅਤੇ ਪੀਰ ਵੀ ਰਹਿੰਦਾ, ਖਾਜਾ ਸਾਹਿਬ ਦਾ ਉਰਸ ਆ ਗਿਆ ਅਜਮੇਰ ਵਾਲੇ ਦਾ। ਮੇਰਾ ਦੇਖਾ ਲਈ ਮੈਂ ਕੋਈ ਔਖਾ ਕੰਮ ਨਹੀਂ ਪੜ ਰਿਹਾ। ਉਹ ਆਪਣੇ ਪੀਰ ਕੋਲ ਜਾ ਕੇ ਕਹਿੰਦਾ, ਮੁਰਸ਼ਦ ਉਰਸ ਆ ਗਿਆ ਰਜਬ ਇਹ ਖਾਜਾ ਖਾਜਗਾਨ ਦਾ, ਅਤੇ ਇਜਾਜ਼ਤ ਦਿਓ ਅਤੇ ਮੈਂ ਮੇਲਾ ਨਾ ਵੇਖਾਵਾਂ, ਮੇਲਾ ਨਾ ਵੇਖਾਵਾਂ। ਪੀਰ ਕਹਿਣ ਲੱਗਾ, ਬੱਚਿਆ ਐਸਾ ਰਹਿਣ ਦੇ, ਅਗਲੇ ਸਾਲ ਸਹੀ ਬੋਲੇ ਨੇ ਜੇ। ਉਹ ਘੱਟ ਉੱਡ ਗਿਆ, ਸਾਲ ਔਖਾ ਗੁਜ਼ਰਿਆ, ਫਿਰ ਰਜਬ ਆ ਗਿਆ। ਮੇਰੇ ਮੁਰਸ਼ਦ, ਮੈਂ ਉਹ ਖੁਸ਼ ਨਸੀਬ ਹਾਂ ਜਿਹਨੇ ਅਜਮੇਰ ਜਾ ਕੇ ਵੀ ਪੜ੍ਹਿਆ। ਅਜਮੇਰ ਫਿਰ ਉਰਸ ਆ ਗਿਆ, ਫਿਰ ਪੀਰ ਕੋਲ ਆਇਆ, ਕਹਿੰਦਾ ਮੁਰਸ਼ਦ ਮੇਲਾ ਆ ਗਿਆ ਖਾਜਾ ਹਜ਼ੂਰ ਦਾ, ਅਤੇ ਜੇ ਇਜਾਜ਼ਤ ਦਿਓ ਤਾਂ ਹੋਵਾਂ, ਬੱਚਿਆ ਰਹਿਣ ਦੇ, ਅਗਲੇ ਸਾਲ ਚਲਾ ਜਾਈ। ਮੇਰਾ ਖਿਆਲ ਤੁਹਾਨੂੰ ਸਮਝ ਨਹੀਂ ਆ ਰਹੀ। ਫਿਰ ਟੁਰ ਗਿਆ, ਮਨ ਹੀ ਸੀ। ਤੀਜੇ ਸਾਲ ਫਿਰ ਆਇਆ, ਬਾਬਾ ਜੀ 3 ਸਾਲ ਹੋ ਗਏ ਅਤੇ ਖਾਜਾ ਖਾਜਗਾਨ ਦਾ ਮੇਲਾ, ਹੋਵਾਂ ਵਾਂ, ਬੱਚਿਆ ਅਗਲੇ ਸਾਲ ਚਲਾ ਜਾਈ। 3 ਸਾਲ ਵੀ ਲੰਘ ਗਏ, ਚੌਥੇ ਸਾਲ ਟਿਕਟ ਲੈ ਕੇ ਨਾ ਬੱਸ 'ਚ ਬਹਿ ਗਿਆ, ਅਤੇ ਬੱਸ ਵਾਲੇ ਨੂੰ ਕਹਿੰਦਾ, 2 ਮਿੰਟ ਤੂੰ ਦਰਬਾਰ ਦੇ ਬਾਹਰ ਰੋਕ, ਅਤੇ ਮੈਂ ਮੁਰਸ਼ਦ ਕੋਲੋਂ ਇਜਾਜ਼ਤ ਲੈ ਕੇ ਆਇਆ ਅਤੇ ਗਿਆ ਆਪਾਂ। ਉਹਨੇ ਕਿਹਾ ਵੀ ਹੁਣ ਤਾਂ ਨਹੀਂ ਨਾ ਡੱਕਦਾ। ਮੇਰੇ ਖਿਆਲ ਤੁਹਾਨੂੰ ਸਮਝ ਨਹੀਂ ਆ ਰਹੀ। ਉਹ ਮੈਂ ਅਲੀ ਪੜ੍ਹਾਂਗਾ ਗੱਲ ਤਾਂ ਸੁਣ ਲੈ, ਵੀ ਹੁਣ ਤਾਂ ਨਹੀਂ ਡੱਕਦਾ। ਇਹ ਬੱਸ ਰੁਕ ਗਈ, ਅੰਦਰ ਆਇਆ, ਕਹਿੰਦਾ ਮੁਰਸ਼ਦ ਆ ਟਿਕਟ ਜੇ ਅਤੇ ਮੈਂ ਅਜਮੇਰ ਚੱਲਿਆ ਜੇ, ਇਜਾਜ਼ਤ ਹੈ? ਉਹ ਕਹਿਣ ਲੱਗੇ, ਬੱਚਿਆ ਮੈਂ ਫਜਰ ਦੀ ਜਮਾਤ ਲੱਗਾ ਕੁਰਾਨ ਅਤੇ ਨਮਾਜ਼ ਪੜ੍ਹ ਲੈ, ਫਿਰ ਮੇਰੇ ਕੋਲੋਂ ਛੁੱਟੀ ਲੈ ਕੇ ਚਲਾ ਜਾਏ। ਉਹ ਡਰਾਈਵਰ ਨੂੰ ਆ ਕੇ ਕਹਿੰਦਾ, 2 ਰਕਾਤਾਂ ਦੀ ਨਮਾਜ਼ ਹੈ, ਮੈਨੂੰ ਪੀਰ ਮਗਰ ਪੜ੍ਹ ਲੈਂਦੇ, ਹੁਣੇ ਆਇਆ। ਹੁਣ ਪੀਰ ਵਾਲੀ ਜਮਾਤ ਕਰਾ ਕੇ ਤਸਵੀ ਨੂੰ ਜੁੜ ਗਿਆ, ਇਹ ਹੁਣ ਖਲੋਤਾ ਵਿਚਾਰਾ ਵੇਂਹਦਾ ਵੀ ਪੀਰ ਤਸਵੀ ਛੱਡੇ, ਇਹਨੂੰ ਸੌਖਾ ਤਾਂ ਮੈਂ ਨਹੀਂ ਪੜ੍ਹ ਸਕਦਾ। ਪੀਰ ਤਸਵੀ ਛੱਡੇ ਅਤੇ ਮੈਂ ਅਜਮੇਰ ਇਜਾਜ਼ਤ ਲੈ ਕੇ ਜਾਵਾਂ। ਉਹ ਮਿੰਟ ਗੁਜ਼ਰ, 15 ਮਿੰਟ ਗੁਜ਼ਰ, ਅੱਧਾ ਘੰਟਾ ਉਹ ਹਾਰਨ ਵਜਾਉਂਦਾ ਰਿਹਾ, ਡਰਾਈਵਰ ਬੱਸ ਲੈ ਕੇ ਟੁਰ ਗਿਆ। ਜਦੋਂ ਪੀਰ ਨੂੰ ਪਤਾ ਲੱਗਣ ਵੀ ਬੱਸ ਟੁਰ ਗਈ ਏ, ਤੇ ਤਸਵੀ ਬੰਦ ਕਰਕੇ ਕਹਿੰਦਾ, ਬੱਚਿਆ ਇੱਕ ਕਾਗਜ਼ ਲਿਆ। ਕਾਗਜ਼ ਲੈਣ ਦਾ ਅੰਜ ਉਂਗਲੀ ਨਾਲ ਲਕੀਰਾਂ ਫੇਰ ਕੇ ਕਹਿੰਦਾ, ਜਦੋਂ ਅਜਮੇਰ ਜਾਏਗਾ ਨਾ, ਉੱਥੇ ਕਿੱਕਰ ਥੱਲੇ ਇੱਕ ਬਾਬਾ ਬੈਠਾ ਹੋਏਗਾ, ਉਹਨੂੰ ਇਹ ਰੁਕਾ ਦੇ ਕੇ ਇਹਦਾ ਜਵਾਬ ਲੈ ਆਵੀਂ। ਉਹ ਕਹਿੰਦਾ, ਕਿਹੜਾ ਅਜਮੇਰ ਤੇ ਕਿਹੜਾ ਰੁਕਾ, ਇਹਨੂੰ ਸਮਝ ਨਹੀਂ ਆਈ ਮੈਂ ਪੜ੍ਹਨਾ ਕੀ ਹੈ। ਉਹਨੇ ਕਿਹਾ, ਮੁਰਸ਼ਦ ਬੱਸ ਟੁਰ ਗਈ, ਇੱਕੋ ਹੀ ਬੱਸ ਸੀ, ਤੇ ਮੈਂ ਕਿਵੇਂ ਜਾਣਾ ਹੁਣ? ਤੁਸੀਂ ਆਉਂਦੇ ਹੋ ਵੀ ਮੇਰੇ ਕੋਲ ਇਜਾਜ਼ਤ ਲੈ ਕੇ ਟੁਰ ਜੀ, ਤੇ ਬੱਸ ਟੁਰ ਗਈ। ਫਰਮਾਇਆ, ਅਜਮੇਰ ਜਾਣਾ ਹੀ ਨਹੀਂ, ਨਹੀਂ ਤੁਸੀਂ ਵਲੀ ਦੇ ਦਰਬਾਰ ਤੇ ਬੈਠੇ ਹੋ ਤੇ ਚੁੱਪ ਕਰਕੇ ਬੈਠੇ ਹੋ, ਅਜਮੇਰ ਜਾਣਾ ਹੀ। ਉਹਨੇ ਕਿਹਾ, ਮੁਰਸ਼ਦ ਕਾਹਦੇ ਤੇ ਬੱਸ ਟੁਰ ਗਈ, ਹੋਰ ਹੈ ਕੋਈ ਨਾ? ਫਰਮਾ ਲਿਆ, ਓਏ ਮੇਰੇ ਰੁਕੇ ਦਾ ਜਵਾਬ ਜ਼ਰੂਰ ਲਿਆਈ, ਇੰਜ ਕਰ, ਅੱਖ ਬੰਦ ਕਰ, ਅਜਮੇਰ ਨੂੰ ਮੂੰਹ ਕਰਕੇ ਇੱਕ ਪੈਰ ਚੁੱਕ ਤੇ ਅੱਖ ਨਾ ਖੋਲੀ, ਦੂਜਾ ਚੁੱਕ ਤੇ ਅੱਖ ਨਾ ਖੋਲੀ, ਜਦੋਂ ਤੀਜਾ ਚੁੱਕੇਗਾ ਨਾ ਫਿਰ ਅੱਖ ਖੋਲੀ। ਉਹਨੇ ਕਿਹਾ ਵੀ ਇਹ ਲੁਕ ਮੀਟੀ ਖੇਡਣ ਲੈ ਮੁਰਸ਼ਦ, ਇਹ ਕੀ? ਫਰਮਾਇਆ, ਜੋ ਮੈਂ ਕਿਹਾ ਤੂੰ ਸੁਣਿਆ ਨਹੀਂ,
ਰੁਕਾ ਪਾਇਆ ਬੋਝ ਚ, ਮੂੰਹ ਅਜਮੇਰ ਕਰਕੇ ਇੱਕ ਪੈਰ ਪੱਟਿਆ ਅੱਖ ਬੰਨ, ਵੀ ਖੁਰ ਕੀ ਹੋਏਗਾ, ਦੂਜਾ ਪੱਟਿਆ ਤੇ ਅੱਖ ਬੰਨ, ਤੀਜਾ ਪੱਟ ਕੇ ਅੱਖ ਖੋਲੀ, ਸ਼ਹਿਰ ਅਜਮੇਰ ਦਾ ਕਿੱਕਰ ਥੱਲੇ ਬਾਬਾ ਬੈਠਾ। ਮੇਰਾ ਦਿਖਾ ਲਿਆ, ਤੈਨੂੰ ਸਮਝ ਆ ਰਹੀ ਹੈ? ਕਹਿੰਦਾ ਓਏ ਓਏ ਓਏ, ਇਹ ਤਾਂ ਅਜਮੇਰ ਆ ਗਿਆ। ਬਾਬਾ ਕਹਿੰਦਾ ਆ ਗਿਆ ਜੀ, ਆ ਗਿਆ, ਇਹ ਰੁਕਾ ਲਓ। ਤੇ ਮੇਰੇ ਮੁਰਸ਼ਦ ਕਿਹਾ ਸੀ ਇਹਦਾ ਜਵਾਬ ਲੈ ਕੇ ਆਉਣਾ। ਮੈਂ ਅਲੀ ਪੜਾਂਗਾ ਜੀ, ਮੈਨੂੰ ਮੈਂ ਗੱਲ ਕਰ ਲੈਂਦੇ, ਇਹ ਮੈਂ ਕਿਉਂ ਕੀਤੀ ਇਹ ਵੀ ਦੱਸਣਾ ਤੁਹਾਨੂੰ ਇਹ ਜਵਾਬ। ਉਹਨਾਂ ਕਿਹਾ ਬੱਚਾ ਜਦੋਂ ਜਾਣ ਜਾਏਗਾ ਨਾ ਵਾਪਸ ਮੇਲੇ ਤੋਂ ਤੇ ਜਵਾਬ ਲੈ ਜੇ। ਬਾਹਰ ਨਿਕਲਿਆ ਤੇ ਅੱਗੇ ਉਹ ਬੱਸ ਵਾਲਾ ਡਰਾਈਵਰ ਮਿਲ ਗਿਆ। ਓਏ ਤੂੰ ਕਿਵੇਂ ਆਇਆ? ਬੱਸ ਤੇ ਇੱਕ ਸੀ ਤੇ ਮੈਂ ਆ ਗਿਆ। ਕਹਿੰਦਾ ਤੂੰ ਬੱਸ ਤੇ ਆਇਆ, ਅਸੀਂ ਮੁਰਸ਼ਦ ਦੀ ਨਿਗਾਹ ਤੇ ਆਏ। ਆਏ ਹਾਏ ਹਾਏ ਹਾਏ, ਅਪੜਿਆ ਨਹੀਂ ਹੋਏ, ਤੂੰ ਆਇਆ ਬੱਸ ਤੇ, ਮੈਂ ਮੁਰਸ਼ਦ ਦੀ ਨਿਗਾਹ ਤੇ ਆਇਆ। ਉਹ ਕਹਿਣ ਲੱਗਾ ਕਮਾਲ ਹੋ ਗਈ ਯਾਰ, ਅੱਛਾ ਠੀਕ ਹੈ। ਵਕਤ ਗੁਜ਼ਰਦਾ ਗਿਆ, ਸੈਰ ਕਰਦਾ ਰਿਹਾ, ਫਿਰਦਾ ਰਿਹਾ ਬਾਜ਼ਾਰਾਂ 'ਚ, ਮੇਲਾ ਲੰਘ ਗਿਆ, ਬੱਸ ਟੁਰ ਗਈ। ਇਹਨੂੰ ਯਾਦ ਹੀ ਨਾ ਰਿਹਾ ਵੀ ਆਇਆ ਤੇ ਮੁਰਸ਼ਦ ਦੇ ਕਹਿਣ ਦੇ ਤੇ ਜਾਣਾ ਕਿਵੇਂ, ਬੱਸ ਵਾਲਾ ਟੁਰ ਗਿਆ। ਹੁਣ ਸੋਚੀ ਪਿਆ ਵੀ ਬੱਸ ਵੀ ਕੋਈ ਨਹੀਂ ਤੇ ਜਾਣਾ ਕਿਵੇਂ ਆ, ਕੀ ਕਰਾਂ। ਚੱਲ ਯਾਰ ਬਾਬੇ ਨੂੰ ਤੇ ਮਿਲਾ, ਬਾਬੇ ਕੋਲ ਗਿਆ, ਬੱਚੇ ਆ ਗਿਆ। ਉਹਨੇ ਉਸ ਕਾਗਜ਼ ਦੇ ਪਿੱਛੇ ਅੱਜ ਉਂਗਲੀ ਨਾਲ ਲਕੀਰਾਂ ਮਾਰੀਆਂ, ਲੈ ਜਾ। ਉਹਨੇ ਕਿਹਾ ਕਿੱਥੇ ਲੈ ਜਾ? ਬੱਸ ਤੇ ਇੱਕ ਸੀ, ਉਹ ਤਾਂ ਟੁਰ ਗਈ। ਆਇਆ ਕਿਵੇਂ ਸੈਂ? ਉਹਨੇ ਕਿਹਾ ਮੇਰੇ ਮੁਰਸ਼ਦ ਨੇ ਭੇਜਿਆ ਸੀ ਤਿੰਨ ਕਦਮਾਂ ਤੇ। ਉਹ ਮੈਨੂੰ ਨਹੀਂ ਪਤਾ ਕੀ ਸੁਣਨਾ, ਮੇਰੇ ਮੁਰਸ਼ਦ ਨੇ ਘੱਲਿਆ ਸੀ ਤਿੰਨ ਕਦਮਾਂ ਤੇ। ਕਹਿਣ ਲੱਗੇ ਜੇ ਦੋ ਤੇ ਭੇਜਾਂ, ਤੇਰੇ ਮੁਰਸ਼ਦ ਭੇਜਿਆ ਸੀ ਤਿੰਨ ਕਦਮਾਂ ਤੇ, ਤੇ ਜੇ ਦੋ ਤੇ ਭੇਜਾਂ। ਉਹਨੇ ਕਿਹਾ ਕਿਵੇਂ? ਫਰਮਾਇਆ ਇੱਕ ਕਦਮ ਚੁੱਕ ਤੇ ਅੱਖ ਬੰਦ, ਦੂਜਾ ਚੁੱਕੀ ਤੇ ਅੱਖ ਖੋਲੀ। ਇਹਨੇ ਰੁਕਾ ਪਾਇਆ ਬੋਝ ਚ, ਪਹਿਲਾ ਕਦਮ ਚੁੱਕਿਆ ਅੱਖ ਬੰਦ, ਜਾਂ ਦੂਜਾ ਚੁੱਕਿਆ ਅੱਖ ਖੋਲੀ। ਅੱਗੇ ਮੁਰਸ਼ਦ ਬੈਠਾ, ਰੁਕਾ ਲੈ। ਇਹਨੇ ਜੇਬ ਵਿੱਚੋਂ ਰੁਕਾ ਕੱਢਿਆ ਤੇ ਅੱਜ ਪੀਰ ਨੂੰ ਫੜਾਇਆ, ਵੇਖ ਕੇ ਤੇ ਹੱਸ ਪਿਆ। ਕਹਿੰਦਾ ਮੁਰਸ਼ਦ ਇਹ ਦੱਸ, ਇਹ ਦੱਸ, ਲਿਖਿਆ ਤੂੰ ਕੁਝ ਨਹੀਂ ਸੀ ਤੇ ਲਿਖਿਆ ਉਹਨੇ ਵੀ ਕੁਝ ਨਹੀਂ, ਮੈਨੂੰ ਐਵੇਂ ਪਾਗਲ ਬਣਾਉਂਦੇ ਫਿਰਦੇ ਹੋ। ਮੁਰਸ਼ਦ ਤੂੰ ਕੀ ਲਿਖਿਆ ਸੀ ਤੇ ਉਹਨੇ ਕੀ ਲਿਖਿਆ, ਤੇ ਉਹ ਬਾਬਾ ਕੌਣ ਸੀ? ਫਰਮਾਇਆ ਮੈਂ ਲਿਖਿਆ ਸੀ, ਲੋਕੀ ਗਰੀਬ ਨੇ, ਕਾਰੋਬਾਰੀ ਨੇ, ਤੂੰ ਇਹਨਾਂ ਟਿਕਣ ਨਹੀਂ ਦਿੰਦਾ। ਹਰ ਸਾਲ ਮੇਲਾ ਲਵਾਉਣਾ, ਬੰਦੇ ਆਪਣੇ ਘਰੋਂ ਜੇਬਾਂ ਭਰ ਕੇ ਖਰਚੇ ਚੁੱਕ ਕੇ ਬੀਵੀ ਬੱਚਿਆਂ ਦੀ ਰੋਜ਼ੀ ਲੈ ਕੇ ਤੇਰੇ ਕੋਲ ਨੇ ਡੱਕੇ ਨਾ। ਉਹਨੇ ਅੱਗੋਂ ਕਿਹਾ ਤੇਰੇ ਕੋਲੋਂ ਆਪਣਾ ਇੱਕ ਨਹੀਂ ਡੱਕਿਆ ਗਿਆ। ਬੋਲਿਆ ਨਹੀਂ ਤੂੰ, ਤੇਰੇ ਕੋਲੋਂ ਇੱਕ ਨਹੀਂ ਡੱਕਿਆ ਗਿਆ, ਮੈਂ ਲੱਖਾਂ ਕਿਵੇਂ ਡੱਕਾਂ? ਬਾਬਾ ਐਸੀ ਕੌਣ? ਫਰਮਾਇਆ ਮੋਇਨੋ ਦੀ ਨਜਮੇਰੀ ਸਾਈ, ਇਹ ਲੱਖ ਮੌਲਵੀ ਡੱਕਣ ਪਿਆ ਲਈ ਅਲੀ ਬੰਦ ਨਹੀਂ ਆਉਣਾ। ਦਰੂਦ ਪੜ ਨਬੀ ਦੀ ਜ਼ਾਤ ਤੇ ਇੱਕ ਵਾਰੀ ਖੇਡ ਕੇ ਰੱਖ।